ਪੰਜਾਬ ਰੋਡਵੇਜ਼ ਪਣਬੱਸ PITC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਵਿਖੇ CM ਵੱਲੋਂ ਦਿੱਤੀ ਗਈ ਮੀਟਿੰਗ ਦੇ ਸੰਬੰਧ ਵਿੱਚ 8 ਤਰੀਕ ਨੂੰ ਅਸੀਂ CM ਹਾਊਸ ਪਹੁੰਚੇ ਸੀਗੇ, ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ ਸਿਲਸਿਲਾ ਜਿਹੜਾ ਪਹਿਲਾਂ ਚੱਲਦਾ ਆ ਰਿਹਾ ਕਿ ਵਾਰ ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ। ਸੋ ਇਸ ਸੰਬੰਧ ਵਿੱਚ ਸਮੂਹ ਡੀਪੂਆਂ ਦੇ ਸੂਬਾ ਆਗੂ ਅਤੇ ਡੀਪੂ ਪ੍ਰਧਾਨ ਸੈਕਟਰੀ ਇੱਥੇ ਮੌਜੂਦ ਸੀ। ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13, 14, 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ 'ਚ ਹੜਤਾਲ ਕੀਤੀ ਜਾਏਗੀ, ਪਲੱਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਜਿਹਦੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਦੀ ਆ, ਉੱਥੇ ਕੋਈ ਵੀ ਸਰਕਾਰੀ ਗੱਡੀ ਆ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ। ਅਸੀਂ 11 ਅਤੇ 10 ਤਰੀਕ ਦੀ ਜਿਹੜੀ ਰੈਲੀ ਇਹਨਾਂ ਦੀ ਆ ਰਹੀ ਹੈ ਖੰਨੇ ਅਤੇ ਸੇਰੋਂ, ਉਹਦੇ ਵਿੱਚ ਸਖ਼ਤ ਵਿਰੋਧ ਵੀ ਕਰਾਂਗੇ, ਜਿੰਨਾ ਰੋਸ ਪ੍ਰਦਰਸ਼ਨ ਹੋ ਸਕਿਆ ਸਾਡੇ ਵੱਲੋਂ ਕੀਤਾ ਜਾਏਗਾ ਅਤੇ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ। ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਠੀ ਕੱਢੀ ਜਾਂਦੀ ਆ। ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਅਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਮਿੱਥੇ ਸਮੇਂ ਦੀ ਵੀ ਉਲੀਕੀ ਜਾ ਸਕਦੀ ਹੈ, ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋਟ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ, ਉਹ ਛੋਟ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ, ਪਰ ਪੰਜਾਬ ਦਾ ਮੁੱਖ ਮੰਤਰੀ ਵਾਰ ਵਾਰ ਭੱਜ ਰਿਹਾ ਮੀਟਿੰਗਾਂ ਤੋਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ, ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ, ਬਿਠਾਈਆਂ ਜਾ ਸਕਦੀਆਂ ਬੱਸ 'ਚ 50 ਜਾਂ 28, ਜਿੰਨੇ ਸ਼ੀਟਲ ਬੱਸ ਆ ਉਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ। ਸੋ ਸਰਕਾਰ ਨੂੰ ਸਾਡੀ ਫਿਰ ਤੋਂ ਇੱਕ ਵਾਰ ਅਪੀਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 13, 14, 15 ਤਰੀਕ ਨੂੰ ਸਾਡੀ ਹੜਤਾਲ ਆ, ਜੋ ਉਸ ਤੋਂ ਪਹਿਲਾਂ ਕੋਈ ਠੋਸ ਹੱਲ ਨਾ ਕੱਢਿਆ ਤਾਂ ਸਾਨੂੰ ਮਜ਼ਬੂਰੀ 'ਚ ਹੜਤਾਲ ਕਰਨੀ ਪਏਗੀ ਅਤੇ ਹੜਤਾਲ ਕਰਕੇ ਆਉਣ ਵਾਲੇ ਦਿਨਾਂ 'ਚ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਸੋ ਜਥੇਬੰਦੀਆਂ ਨੂੰ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲ੍ਹ ਨੂੰ ਅਸੀਂ ਆ ਪੰਜਾਬ ਸਰਕਾਰ ਦੀ ਜਿਹੜੀ ਕੱਚੀ ਪਿੱਲੀ ਚਿੱਠੀ ਕੱਢੀ ਉਹ ਡੀਪੂਆਂ ਦੇ ਗੇਟਾਂ ਅੱਗੇ ਉਹ ਚਿੱਠੀ ਵੀ ਫੂਕਾਂਗੇ ਅਤੇ ਪਰਸੋਂ ਅਤੇ ਚੌਥ 2 ਦਿਨ ਜਿਹੜੀਆਂ ਸਰਕਾਰ ਦੀਆਂ ਰੈਲੀਆਂ 10 ਅਤੇ 11 ਤਰੀਕ ਨੂੰ ਹੋ ਰਹੀ ਆ ਉਹਨਾਂ ਰੈਲੀਆਂ ਦੇ ਵਿੱਚ ਵਿਰੋਧ ਕੀਤਾ ਜਾਏਗਾ ਅਤੇ ਕੋਈ ਵੀ ਸਰਕਾਰੀ ਬੱਸ ਨਹੀਂ ਦਿੱਤੀ ਜਾਏਗੀ ਅਤੇ ਆਉਣ ਵਾਲੀ 13, 14, 15 ਤਰੀਕ ਦੀ ਹੜਤਾਲ ਕੀਤੀ ਜਾਏਗੀ ਅਤੇ 16 ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੀ ਹਿੱਸਾ ਲਿਆ ਜਾਏਗਾ। ਸੋ ਇਹਨਾਂ ਫੈਸਲਿਆਂ ਦੇ ਨਾਲ ਅੱਜ ਜਿਹੜੀ ਜਥੇਬੰਦੀ ਨੇ ਇੱਥੇ ਮੀਟਿੰਗ ਕਰਨ ਉਪਰੰਤ ਜਥੇਬੰਦੀ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕੀਤਾ ਜਾਏਗਾ। ਧੰਨਵਾਦ। ਪੰਜਾਬ ਰੋਡਵੇਜ਼ ਪਣਬੱਸ PITC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਵਿਖੇ CM ਵੱਲੋਂ ਦਿੱਤੀ ਗਈ ਮੀਟਿੰਗ ਦੇ ਸੰਬੰਧ ਵਿੱਚ 8 ਤਰੀਕ ਨੂੰ ਅਸੀਂ CM ਹਾਊਸ ਪਹੁੰਚੇ ਸੀਗੇ, ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ ਸਿਲਸਿਲਾ ਜਿਹੜਾ ਪਹਿਲਾਂ ਚੱਲਦਾ ਆ ਰਿਹਾ ਕਿ ਵਾਰ ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ। ਸੋ ਇਸ ਸੰਬੰਧ ਵਿੱਚ ਸਮੂਹ ਡੀਪੂਆਂ ਦੇ ਸੂਬਾ ਆਗੂ ਅਤੇ ਡੀਪੂ ਪ੍ਰਧਾਨ ਸੈਕਟਰੀ ਇੱਥੇ ਮੌਜੂਦ ਸੀ। ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13, 14, 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ 'ਚ ਹੜਤਾਲ ਕੀਤੀ ਜਾਏਗੀ, ਪਲੱਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਜਿਹਦੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਦੀ ਆ, ਉੱਥੇ ਕੋਈ ਵੀ ਸਰਕਾਰੀ ਗੱਡੀ ਆ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ। ਅਸੀਂ 11 ਅਤੇ 10 ਤਰੀਕ ਦੀ ਜਿਹੜੀ ਰੈਲੀ ਇਹਨਾਂ ਦੀ ਆ ਰਹੀ ਹੈ ਖੰਨੇ ਅਤੇ ਸੇਰੋਂ, ਉਹਦੇ ਵਿੱਚ ਸਖ਼ਤ ਵਿਰੋਧ ਵੀ ਕਰਾਂਗੇ, ਜਿੰਨਾ ਰੋਸ ਪ੍ਰਦਰਸ਼ਨ ਹੋ ਸਕਿਆ ਸਾਡੇ ਵੱਲੋਂ ਕੀਤਾ ਜਾਏਗਾ ਅਤੇ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ। ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਠੀ ਕੱਢੀ ਜਾਂਦੀ ਆ। ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਅਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਮਿੱਥੇ ਸਮੇਂ ਦੀ ਵੀ ਉਲੀਕੀ ਜਾ ਸਕਦੀ ਹੈ, ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋੜ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ,
ਉਹ ਛੋਟ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ, ਪਰ ਪੰਜਾਬ ਦਾ ਮੁੱਖ ਮੰਤਰੀ ਵਾਰ ਵਾਰ ਭੱਜ ਰਿਹਾ ਮੀਟਿੰਗਾਂ ਤੋਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ, ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ, ਬਿਠਾਈਆਂ ਜਾ ਸਕਦੀਆਂ ਬੱਸ 'ਚ 52 ਜਾਂ 28, ਜਿੰਨੇ ਸੀਟਲ ਬੱਸ ਆ ਉਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ। ਸੋ ਸਰਕਾਰ ਨੂੰ ਸਾਡੀ ਫਿਰ ਤੋਂ ਇੱਕ ਵਾਰ ਅਪੀਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 13, 14, 15 ਤਰੀਕ ਨੂੰ ਸਾਡੀ ਹੜਤਾਲ ਆ, ਜੋ ਉਸ ਤੋਂ ਪਹਿਲਾਂ ਕੋਈ ਠੋਸ ਹੱਲ ਨਾ ਕੱਢਿਆ ਤਾਂ ਸਾਨੂੰ ਮਜਬੂਰੀ 'ਚ ਹੜਤਾਲ ਕਰਨੀ ਪਏਗੀ ਅਤੇ ਹੜਤਾਲ ਕਰਕੇ ਆਉਣ ਵਾਲੇ ਦਿਨਾਂ 'ਚ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਸੋ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲ੍ਹ ਨੂੰ ਅਸੀਂ ਆ ਪੰਜਾਬ ਸਰਕਾਰ ਦੀ ਜਿਹੜੀ ਕੱਚੀ ਪਿੱਲੀ ਚਿੱਠੀ ਕੱਢੀ ਉਹ ਡੀਪੂਆਂ ਦੇ ਗੇਟਾਂ ਅੱਗੇ ਉਹ ਚਿੱਠੀ ਵੀ ਫੂਕਾਂਗੇ ਅਤੇ ਪਰਸੋਂ ਅਤੇ ਚੌਥ ਦੋ ਦਿਨ ਜਿਹੜੀਆਂ ਸਰਕਾਰ ਦੀਆਂ ਰੈਲੀਆਂ 10 ਅਤੇ 11 ਤਰੀਕ ਨੂੰ ਹੋ ਰਹੀ ਆ ਉਹਨਾਂ ਰੈਲੀਆਂ ਦੇ ਵਿੱਚ ਵਿਰੋਧ ਕੀਤਾ ਜਾਏਗਾ ਅਤੇ ਕੋਈ ਵੀ ਸਰਕਾਰੀ ਬੱਸ ਨਹੀਂ ਦਿੱਤੀ ਜਾਏਗੀ ਅਤੇ ਆਉਣ ਵਾਲੀ 13, 14, 15 ਤਰੀਕ ਦੀ ਹੜਤਾਲ ਕੀਤੀ ਜਾਏਗੀ ਅਤੇ 16 ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੀ ਹਿੱਸਾ ਲਿਆ ਜਾਏਗਾ। ਸੋ ਇਹਨਾਂ ਫੈਸਲਿਆਂ ਦੇ ਨਾਲ ਅੱਜ ਜਿਹੜੀ ਜਥੇ